ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੋਗਾ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਸਾਬਕਾ ਫੌਜੀਆਂ ਦੇ ਵੱਲੋਂ ਸੋ ਮੇਰੇ ਨਾਲ ਹੀ ਸਾਬਕਾ ਫੌਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਵੀਰ ਜੀ ਤੁਹਾਡਾ ਨਾਮ ਤੇ ਜ਼ਿਲ੍ਹਾ ਕਿਹੜਾ ਹੈ ਮੇਰਾ ਨਾਮ ਕੈਪਟਨ ਮੇਵਾ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਸਰ ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਇੱਕ ਨਵੇਂ ਸਿਸਟਮ ਨੂੰ ਲੈ ਕੇ ਆਈ ਸੀ ਵੀ ਭ੍ਰਿਸ਼ਟਾਚਾਰ ਨੂੰ ਮੁਕਤ ਕਰਾਂਗੇ ਪੰਜਾਬ ਨੂੰ ਲੇਕਿਨ ਭ੍ਰਿਸ਼ਟਾਚਾਰ ਉਵੇਂ ਹੀ ਹੈ ਤੁਹਾਨੂੰ ਜੀਓ ਜੀ ਨੂੰ ਬਰਖਾਸਤ ਕਰਤਾ ਹੈ ਕਿਸ ਤਰ੍ਹਾਂ ਵੇਖਦੇ ਹੋ ਆਮ ਆਦਮੀ ਪਾਰਟੀ ਨੂੰ ਇਹ ਜਦੋਂ ਆਮ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਹਰ ਸਟੇਜਾਂ ਤੇ ਆਪਣਾ ਲੈਕਚਰ ਕਰਦੀ ਸੀ ਭਗਵੰਤ ਮਾਨ ਵੀ ਕਰਦਾ ਸੀ ਜੋ MLA ਬਣੇ ਉਹ ਵੀ ਕਰਦੇ ਸੀ ਸਾਡੇ ਜੀਓ ਜੀ ਨੂੰ ਮਿਲ ਕੇ ਇਹੀ ਗੱਲ ਕਹਿੰਦੇ ਸੀ ਵੀ ਇੱਕ ਤਾਂ ਤੁਹਾਡਾ ਮਾਣ ਪਤਾ ਵਧਾਵਾਂਗੇ ਦੂਜਾ ਤੁਹਾਨੂੰ ਰੈਗੂਲਰ ਕਰਾਂਗੇ ਪਰ ਇਹਨਾਂ ਨੇ ਮਾਣ ਪਤਾ ਜਾਂ ਕੀ ਦੇਣਾ ਸੀ ਸਾਨੂੰ ਜਾਂ ਰੈਗੂਲਰ ਕੀ ਕਰਨਾ ਸੀ ਇਹਨਾਂ ਨੇ ਇੱਕ ਐਸਾ ਜੀਓ ਜੀ ਨਾਲ ਧੱਕਾ ਕੀਤਾ ਵੀ ਜੋ ਸਾਰੇ ਵਰਲਡ ਦੇ ਵਿੱਚ ਪਤਾ ਲੱਗ ਗਿਆ ਕਿ ਫੌਜੀਆਂ ਦੇ ਨਾਲ ਕੀ ਧੱਕੇ ਹੁੰਦੇ ਆ ਇਹ ਚੀਜ਼ ਨੂੰ ਵਧਿਆ ਨਜ਼ਰ ਰੱਖਦੇ ਹੋਏ ਅੱਜ ਸਾਨੂੰ ਇਹਨਾਂ ਨੇ ਸੜਕਾਂ ਦੇ ਉੱਤੇ ਜਾਣਾ ਮਜਬੂਰ ਕਰਤਾ ਵਾ ਜਦੋਂ ਕਿ ਅਸੀਂ ਜਵਾਨੀ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਛੱਡ ਕੇ ਮਾਂ ਬਾਪ ਨੂੰ ਛੱਡ ਕੇ ਉਹ ਬਾਰਡਰਾਂ ਦੇ ਉੱਤੇ ਡਿਊਟੀ ਕਰਦੇ ਰਹੇ ਪਰ ਇਹਨਾਂ ਨੇ ਉਸ ਮਜਬੂਰੀ ਨੂੰ ਨਾ ਸਮਝਦੇ ਹੋਏ ਅੱਜ ਸਾਨੂੰ ਫਿਰ ਸੜਕਾਂ ਦੇ ਉੱਤੇ ਲਿਆ ਕੇ ਰੋਲਣਾ ਸ਼ੁਰੂ ਕਰ ਦਿੱਤਾ ਧੰਨਵਾਦ ਸਰ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਸ ਤਰ੍ਹਾਂ ਤੁਸੀਂ ਅੱਜ ਮੀਟਿੰਗ ਦੇ ਮੀਟਿੰਗ ਕੀਤੀ ਹੈ ਮੋਗਾ ਦੇ ਵਿੱਚ ਕੀ ਮੁੱਦੇ ਨੂੰ ਲੈ ਕੇ ਤੁਸੀਂ ਪਾਸ ਕੀਤੀ ਮੀਟਿੰਗ ਇਹ ਮੀਟਿੰਗ ਬਾਰੇ ਤੁਹਾਨੂੰ ਪਹਿਲਾਂ ਦੱਸਦਾ ਗੁਰਵਿੰਦਰ ਸਾਹਿਬ ਨੇ ਵੀ ਸਾਡੀ ਮੀਟਿੰਗ ਹੋਈ ਹੈ ਵੀ ਜਿਹੜੀ ਭਗਵੰਤ ਮਾਨ ਨਾਲ ਸਾਡੀ ਅੱਜ ਤੱਕ ਇਹਨੇ ਆਪ ਵਾਅਦਾ ਕਰਕੇ ਸਾਨੂੰ ਮੁੱਕਰ ਗਿਆ ਅਸੀਂ ਉਹਨਾਂ ਦੀ ਰਹਿ ਕੇ ਪੱਕਾ ਧਰਨਾ ਲਾਵਾਂਗੇ ਤਾਂ ਕਿ ਅਸੀਂ ਇਹਨਾਂ ਗੱਲਬਾਤ ਕਰ ਸਕੀਏ ਟੇਬਲ ਟੋਕ ਕਰ ਸਕੀਏ ਇਹ ਦੋ ਸ਼ਹੀਦਾਂ ਦੇ ਨਾਂ 'ਤੇ ਵੋਟਾਂ ਲੈ ਰਹੇ ਨੇ ਜੇ ਇੱਕ ਸ਼ਹੀਦ ਹੁੰਦਾ ਸੈਨਿਕ ਉਹਨੂੰ 2 ਕਰੋੜ ਜਾ ਕੇ ਦਿੰਦੇ ਨੇ ਲੇਕਿਨ ਜਿਹੜੇ ਫੌਜੀ ਨੌਕਰੀ ਚੜ ਕੇ ਆਏ ਉਹਨਾਂ ਨੂੰ ਸੜਕਾਂ 'ਤੇ ਰੋੜ ਲੈਣੇ ਕਿ ਸਿਰਫ ਇਹ ਜੋ ਇੱਕ ਸ਼ਹੀਦਾਂ ਦੇ ਉੱਪਰ ਅਸੀਂ ਕਰ ਰਹੇ ਨੇ ਇਹ ਸਿਰਫ ਲੋਕ ਵਿਖਾਵਾ ਕਰ ਰਹੇ ਨੇ ਅਗਰ ਉਹਨੂੰ ਅਸਲੀ ਹੋਵੇ ਤਾਂ ਜਿਹੜਾ ਆਦਮੀ ਫੌਜ 'ਚੋਂ ਪੈਨਸ਼ਨ ਹੁੰਦਾ ਉਹਦੇ ਬਾਰੇ ਸੋਚਣ ਵੀ ਕਿੰਨੀਆਂ ਤਕਲੀਫਾਂ ਕਿੰਨੀਆਂ ਕਾਬੀਆਂ ਕਰਕੇ ਹੈਗਾ ਅਗਰ ਅਸੀਂ ਆਪਣੀ ਇੱਕ ਜ਼ਿੰਦਗੀ ਦੀ ਕਿਤਾਬ ਲਿਖਣਾ ਚਾਹੀਏ ਐਡੀ ਕਿਤਾਬ ਬਣ ਜਾਏ ਵੀ ਜੋ ਜੋ ਸਾਡੇ ਨਾਲ ਹਾਦਸੇ ਵਾਪਰੇ ਜੋ ਜੋ ਸਾਡੇ ਕੰਮ ਕੀਤੇ ਉਹ ਇੱਕ ਫੌਜੀ ਨੂੰ ਪਤਾ ਵੀ ਉਹਦੀ ਜ਼ਿੰਦਗੀ ਕਿੰਨੀਆਂ ਮੁਸ਼ਕਲਾਂ 'ਚੋਂ ਗੁਜ਼ਰਦੀ ਹੈ ਉਹ ਆਮ ਬੰਦਾ ਨਹੀਂ ਦੱਸ ਸਕਦਾ ਵੀ ਉਹ ਕਿੰਨੀਆਂ ਮੁਸ਼ਕਲਾਂ 'ਚ ਹੁਣ ਜੇ ਪਿੱਛੇ ਜਾਂ 15-20 ਦਿਨ ਪਹਿਲਾਂ ਸੁਣਿਆ ਨਾ ਵੀ ਮੱਛਰ ਸੈਕਟਰ 'ਚ ਕਿੰਨੇ ਜਵਾਨ ਬਰਫ਼ 'ਚ ਦੱਬ ਕੇ ਮਰ ਗਏ ਨੇ ਲੋਕਾਂ ਨੇ ਵੀਡੀਓ ਵੇਖੀ ਹੋਣੀ ਹੈ ਉਹ ਵਿਚਾਰੇ ਇੱਕ ਮੁਰਦੇ ਨੂੰ ਜਿਹੜੇ ਬੰਦਾ ਇੱਕ ਫੌਜੀ ਦੀ ਲਾਸ਼ ਨੂੰ ਬਰਫ਼ 'ਤੇ ਖਿੱਚ ਕੇ ਲਿਆ ਰਹੇ ਨੇ ਕਿ ਉਹ ਬਰਫ਼ 'ਚ ਚੁੱਕਿਆ ਨਹੀਂ ਜਾ ਸਕਦਾ ਅਗਰ ਇੱਕ ਫੌਜੀ ਜਵਾਨ ਇੰਨੀਆਂ ਮੁਸ਼ਕਲਾਂ 'ਚ ਗੁਜ਼ਰਦਾ ਉਹ ਕਿਸ ਵਾਸਤੇ ਗੁਜ਼ਰਦਾ ਤਾਂ ਕਿ ਸਾਡਾ ਜਿਹੜਾ ਦੇਸ਼ ਬਾਕੀ ਆਰਾਮ ਦੀ ਨੀਂਦ ਸੌਂ ਸਕੇ ਲੇਕਿਨ ਇਹ ਜਿਹੜੀ ਸਰਕਾਰ ਹੈ ਜਿਨ੍ਹਾਂ ਦੇ ਪਿੱਛੇ ਆਰਾਮ ਦੀ ਨੀਂਦ ਸੌਂਦੇ ਨੇ ਉਹਨਾਂ ਨੀਂਦ ਨਾਲ ਆਰਾਮ ਕਰ ਸਕੀ ਉਹਨਾਂ ਨੂੰ ਛੜਕਾਂ 'ਤੇ ਲੈ ਕੇ ਬਿਠਾਤਾ ਇੱਕ ਸਿਰਫ ਭਗਵੰਤ ਮਾਨ ਗੱਲਬਾਤ ਨਹੀਂ ਕਰ ਸਕਦਾ ਕਿ ਅਸੀਂ ਸਿਰਫ ਗੱਲਬਾਤ ਸਾਡੇ ਕਰੇ ਅਸੀਂ ਤਾਂ ਕਿ ਉਹਨੂੰ ਦੱਸ ਸਕੀਏ ਵੀ ਸਾਡੀਆਂ ਤਕਲੀਫਾਂ ਕੀ ਨੇ ਅਸੀਂ ਕੀ ਕੀਤਾ ਤੁਸੀਂ ਕੀ ਨਹੀਂ ਕੀਤਾ ਜਦੋਂ ਕਿ ਸਾਰੀਆਂ ਗਲਤੀਆਂ ਇਹਨਾਂ ਦੇ ਨੇ ਅਸੀਂ ਤੁਹਾਨੂੰ ਇਕੱਲੀ ਇਕੱਲੀ ਤਹਿਸੀਲ ਇਕੱਲੇ ਇਕੱਲੇ ਜ਼ਿਲ੍ਹੇ ਇਕੱਲੇ ਇਕੱਲੇ ਮਹਿਕਮਾ ਦੱਸ ਸਕਦਾ ਵੀ ਕਿਹੜੇ ਕਿਹੜੇ ਇਸ ਨੇ ਭ੍ਰਿਸ਼ਟਾਚਾਰ ਕੀਤੇ ਨੇ ਹਰ ਮਹਿਕਮਾ ਹਰ ਇੱਕ ਜੀਓ ਜੀ ਕੋਲ ਨੋਟ ਹੈ ਕੋਈ ਵੀ ਜੀਓ ਨਾਲ ਗੱਲਬਾਤ ਕਰ ਸਕਦੇ ਨੇ ਸਰ ਤੁਹਾਡਾ ਜੀਓ ਜੀ ਬਹਾਲੀ ਨੂੰ ਅਗਲਾ ਸਟੈਂਡ ਕੀ ਹੈਗਾ ਅਗਲਾ ਸਟੈਂਡ ਸਾਡਾ ਹੁਣ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਅਸੀਂ ਪੱਕਾ ਧਰਨਾ ਲਾਉਣ ਜਾ ਰਹੇ ਹਾਂ ਜਿੰਨਾ ਚਿਰ ਸਾਡੇ ਇਸ ਮੇਲੇ ਦਾ ਹਾਲ ਹੋਦਾ ਉਹਨਾਂ ਚਿਰ ਅਸੀਂ ਉਸ ਧਰਨਾ ਨਹੀਂ ਚੁੱਕਣਾ ਜਿੰਨਾ ਚਿਰ ਸਾਡੇ ਭਗਵੰਤ ਮਾਨ ਬਹਿ ਕੇ ਗੱਲ ਨਹੀਂ ਕਰਦੇ ਕਿੰਨੀ ਤਰੀਕ ਸਰ ਲਾਉਣਾ ਧਰਨਾ ਅਜੇ ਤਰੀਕ ਬਾਰੇ ਤੁਹਾਨੂੰ ਬਾਅਦ ਦੱਸਾਂਗੇ ਕਿਉਂਕਿ ਤਰੀਕ ਬਾਰੇ ਨਹੀਂ ਦੱਸਦਾ ਕਿੱਦਣ ਲਾਉਣਾ ਉਹ ਆਪਦੀ ਰਣਨੀਤੀ ਪੂਰੀ ਤਿਆਰ ਕਰਕੇ ਫਿਰ ਲਾਵਾਂਗੇ ਉੱਥੇ ਫਿਰ ਅਸੀਂ ਕੌਣ ਲੱਗਣਾ ਜੋ ਲੱਗੋ ਪਾਲਾ ਜੋ ਲੱਗ ਗਿਆ ਅੱਜ ਬੱਕ ਪੱਕਾ ਜੀ ਤੁਹਾਨੂੰ ਸਰ ਪਤਾ ਲੱਗਿਆ ਹੋਣਾ ਇੱਕ ਮਜ਼ਦੂਰ ਯੂਨੀਅਨ ਦੇ ਉੱਤੇ ਲਾਠੀ ਚਾਰਜ ਕੀਤਾ ਕਿ ਕਈ ਜ਼ਖਮੀ ਹੋ ਗਏ ਕਈ ਹਸਪਤਾਲਾਂ ਦੇ ਵਿੱਚ ਨੇ ਜਦੋਂ ਕਿ ਭਗਵੰਤ ਮਾਨ ਸਾਹਿਬ ਕੋ ਖੁਦ ਕਹਿ ਰਹੇ ਨੇ ਵੀ ਸੜਕਾਂ ਨਹੀਂ ਰੋਕਣੀਆਂ ਮੇਰੀ ਕੋਠੀ ਮੂਹਰੇ ਆ ਕੇ ਧਰਨਾ ਲਾਓ ਅਗਰ ਹੁਣ ਬੰਦੇ ਕੋਠੀ ਮੂਹਰੇ ਜਾ ਕੇ ਧਰਨਾ ਲਾਉਣ ਉੱਥੋਂ ਡਾਂਗਾ ਮਾਰਨ ਲੱਗ ਪੈਣੇ ਇਹ ਤੋਂ ਵਧੀਆ ਸਰਕਾਰ ਦੀ ਨਾਕਾਮੀ ਜਦੋਂ ਹੋ ਨਹੀਂ ਸਕਦੀ ਲੋਕੀ ਕਹਿੰਦੇ ਸੀ ਹਿਟਲਰ ਰਾਜ ਲੇਕਿਨ ਇਹਨਾਂ ਦਾ ਹਿਟਲਰ ਤੋਂ ਵੀ ਰਾਜ ਤੋਂ ਵਧਾਤਾ ਅਸੀਂ ਭਗਵੰਤ ਮਾਨ ਦੇ ਇਹ ਸ਼ਬਦ ਬੋਲਣਾ ਨਹੀਂ ਚਾਹੁੰਦੇ ਸੀ ਕਿਉਂਕਿ ਸਾਨੂੰ ਜਦੋਂ ਪਹਿਲਾਂ ਸੁਣਦੇ ਅਸੀਂ ਸੋਚਿਆ ਸੀ ਵੀ ਭਗਵੰਤ ਮਾਨ ਜੋ ਗੱਲਾਂ ਕਰਦੇ ਨੇ ਜੋ ਬਾਤਾਂ ਕਰਦੇ ਨੇ ਇਹ ਵਾਅਦੇ ਦੇ ਪੱਕੇ ਹੋਣਗੇ ਔਰ ਜੋ ਕੰਮ ਕਰਨਗੇ ਬੜੀ ਪਾਰਸਾ ਤਰੀਕੇ ਨਾਲ ਕਰਨਗੇ ਲੇਕਿਨ ਜੋ ਮੇਰਾ ਹਿਸਾਬ ਹੈ ਹੁਣ ਭਗਵੰਤ ਮਾਨ ਨੂੰ ਇੱਕ ਅਫਸਰਸ਼ਾਹੀ ਔਰ ਏਸੀ ਕਮਰਿਆਂ 'ਚ ਦੂਜਿਆਂ ਦੇ ਪ੍ਰੈਸ਼ਰ ਦੇ ਥੱਲੇ ਦੱਬ ਕੇ ਰਹਿ ਗਿਆ ਜੋ ਕੰਮ ਭਗਵੰਤ ਮਾਨ ਪੰਜਾਬ 'ਚ ਕਰ ਰਹੇ ਨੇ ਇਹ ਭਗਵੰਤ ਮਾਨ ਆਪਣੀ ਸੋਚ ਤੋਂ ਨਹੀਂ ਕਰ ਰਹੇ ਅਗਰ ਭਗਵੰਤ ਮਾਨ ਆਪਣੀ ਸੋਚ ਤੋਂ ਕਰਦੇ ਤੇ ਜੋ ਭਗਵੰਤ ਮਾਨ ਦੇ ਪਹਿਲਾਂ ਕਮੇਡੀਅਨ 'ਚ ਜਾਂ ਚੀਜ਼ਾਂ 'ਚ ਉਹ ਕਰਦੇ ਸੀ ਉਹਨਾਂ ਨੂੰ ਹਰ ਚੀਜ਼ ਦਾ ਪਤਾ ਸੀ ਵੀ ਕਿੱਥੇ ਘਪਲਾ ਹੋ ਰਿਹਾ ਹੈ ਕਿੱਥੇ ਚੀਜ਼ ਦੀ ਗਲਤ ਹੋ ਰਹੀ ਹੈ ਅਗਰ ਉਹ ਆਪਣੇ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਇਹੋ ਜਿਹੇ ਹਾਲਾਤ ਪੰਜਾਬ 'ਚ ਨਹੀਂ ਹੋਣੇ ਸੀ ਜਿਹੋ ਜਿਹੇ ਪੰਜਾਬ 'ਚ ਅੱਜ ਹਾਲਾਤ ਪੈਦਾ ਹੋ ਗਏ ਨੇ ਮੇਰੇ ਹਿਸਾਬ 'ਚ ਇਹ ਭਗਵੰਤ ਮਾਨ ਦੀ ਸੋਚ ਤੋਂ ਭਲਾ ਕੰਮ ਜੋ ਅੱਜ ਹੋ ਰਿਹਾ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਵਤਾਰ ਸਿੰਘ ਫਕਰ ਸਰ ਜੀ ਮੈਂ ਮਾਲਵਾ ਜ਼ੋਨ ਦਾ ਜ਼ੋਨ ਇੰਚਾਰਜ ਹਾਂ ਸਰ ਅੱਜ ਜੀਓ ਜੀ ਦੀ ਇੱਕ ਮੀਟਿੰਗ ਰੱਖੀ ਜਾ ਰਹੀ ਹੈ ਕੀ ਕਹੋਗੇ ਅੱਜ ਅਸੀਂ ਮੋਗੇ ਦੇ ਵਿੱਚ ਸਾਡੀ ਸਾਰੀ 31 ਮੈਂਬਰੀ ਕਮੇਟੀ
ਦੀ ਪੂਰੇ ਪੰਜਾਬ ਦੀ ਜਿਹੜੀ ਸਾਡੀ ਚੁਣੀਦੀ ਹੈ ਜੀ ਉਹਦੀ ਅੱਜ ਮੀਟਿੰਗ ਇੱਥੇ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਕੋਠੀ ਮੂਹਰੇ ਧਰਨਾ ਦੇਣ ਵਾਸਤੇ ਅੱਜ ਅਸੀਂ ਮੀਟਿੰਗ ਕਰ ਰਹੇ ਹਾਂ ਉਹਦੇ ਹੱਥ ਅਸੀਂ ਇਕੱਠੇ ਹੋਏ ਹਾਂ ਮੀਟਿੰਗ ਚੱਲੀ ਜਾਂਦੀ ਸਾਡੀ ਕਾਰਨ ਕੀ ਸਮਝਦੇ ਹੋ ਕਿਉਂਕਿ ਜੀਓ ਜੀ ਵੱਲੋਂ ਸਮੇਂ ਸਮੇਂ ਤੇ ਧਰਨੇ ਵੀ ਦਿੱਤੇ ਗਏ ਹੈ ਸੈਂਕੜ ਰੈਲੀਆਂ ਵੀ ਕੀਤੀਆਂ ਗਈਆਂ ਪਰ ਮੰਗਾਂ ਤੇ ਪੂਰ ਨਹੀਂ ਪਿਆ ਇਹ ਅਨਾੜੀ ਸਰਕਾਰ ਹੈ ਇਹ ਮੁੱਖ ਮੰਤਰੀ ਵੀ ਅਨਾੜੀ ਹੈ ਇਹਨਾਂ ਦੇ ਮੰਤਰੀ ਵੀ ਅਨਾੜੀ ਆ ਇਹਨਾਂ ਨੂੰ ਖੁਦ ਹੀ ਨਹੀਂ ਪਤਾ ਜਿਸ ਨੂੰ ਮੈਂ ਦੱਸ ਦੇਵਾਂ ਕਿ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀਗੀ ਇਹਨਾਂ ਦੇ ਐਮ ਐਲ ਏ ਨੂੰ ਇਹ ਨਹੀਂ ਪਤਾ ਸੀਗਾ ਕਿ ਅਸੀਂ ਤਹਿਸੀਲਦਾਰ ਸਾਹਿਬ ਦੇ ਦਫ਼ਤਰ 'ਚ ਜਾ ਕੇ ਬਹਿਣਾ ਕਿ ਤਹਿਸੀਲਦਾਰ ਨੂੰ ਅਸੀਂ ਆਪਦੇ ਦਫ਼ਤਰ ਸੱਦਣਾ ਇੰਨੀ ਕੁ ਤੈਨੂੰ ਨੌਲੇਜ ਸੀਗੀ ਅਤੇ ਇਹ ਸਾਡੇ ਸਾਬਕਾ ਫੌਜੀਆਂ ਦਾ ਕੀ ਜੀਓ ਜੀ ਦਾ ਇਹ ਕੀ ਇਹ ਸਾਡੀ ਸਾਡੀ ਮਤਲਬ ਇਹ ਨਾੜ ਪਛਾਣ ਸਕਦੇ ਆ ਕਿਉਂਕਿ ਇਹ ਜੀਓ ਜੀ ਉਹ ਹੈ ਇਹ ਸੰਘਰਸ਼ੀ ਯੋਧੇ ਉਹ ਹੈ ਜਿਨ੍ਹਾਂ ਨੇ ਚਾਈਨਾ ਦੇ ਪਾਕਿਸਤਾਨ ਦੇ ਬਾਰਡਰ 'ਤੇ ਰਹਿ ਕੇ ਦੇਸ਼ ਦੀ ਖਾਤਰ ਆਪਦੀਆਂ ਜਾਨਾਂ ਕੁਰਬਾਨ ਕਰਦੀਆਂ ਸੀ ਰਜਾਈਆਂ ਲੈ ਕੇ ਸੌਂਦੇ ਰਹੇ ਸਰ ਹੁਣ ਕਿਉਂ ਨਕਾਰਾ ਬਣਾ ਦਿੱਤਾ ਗਿਆ ਜੀਓ ਜੀ ਇਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਫੌਜੀ ਇਹ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਕਿ ਫੌਜੀ ਦੀ ਇੱਕ ਜ਼ਿੰਦਗੀ ਬਰਫ਼ ਦੇ ਵਿੱਚ ਇਹ ਉਹ ਯੋਧੇ ਆ ਜਿਨ੍ਹਾਂ ਨੇ ਕਦੇ ਸੂਰਜ ਜਾਂ ਚੰਦ ਵੇਖਿਆ ਹੀ ਨਹੀਂ ਜਗਦੇ ਗਲੇਸ਼ੀਅਰ ਦੇ ਵਿੱਚ ਜਾਂਦੇ ਇਹਨਾਂ ਨੂੰ ਐਂ ਨਹੀਂ ਪਤਾ ਸੂਰਜ ਕਦੋਂ ਚੜ੍ਹਦਾ ਚੰਦ ਕਦੋਂ ਚੜ੍ਹਦਾ ਇਹ ਉਹੋ ਜਿਹੀਆਂ ਪ੍ਰੋਬਲਮਾਂ ਦੇ ਨਾਲ ਲੜ ਕੇ ਆਏ ਹੋਏ ਆ ਜਿਹੜੇ ਪੰਜਾਬ ਸਰਕਾਰ ਦੀਆਂ ਸਕੀਮਾਂ ਇਹ ਤਾਂ ਸਾਡੇ ਖੱਬੇ ਹੱਥ ਦਾ ਕੰਮ ਹੈ ਕੀ ਇਹਨੂੰ ਬਦਲਾਅ ਦੀ ਨੀਤੀ ਸਮਝਦੇ ਆ ਬਦਲਾਖੋਰੀ ਦੀ ਨੀਤੀ ਸਮਝਦੇ ਹੋ ਇਹ ਸਰਕਾਰ ਬਦਲਾਖੋਰੀ ਦੀ ਨੀਤੀ ਸਮਝਦੀ ਆ ਕਿਉਂਕਿ ਜਿਹੜੀਆਂ ਪਿਛਲੀਆਂ ਜਿੰਨੀਆਂ ਵੀ ਗ੍ਰਾਂਟਾਂ ਆਈਆਂ ਪਿਛਲੀ ਸਰਕਾਰ ਦੀਆਂ ਕਾਂਗਰਸ ਸਰਕਾਰ ਦੀਆਂ ਗ੍ਰਾਂਟਾਂ ਚੱਲੀ ਜਾਂਦੀਆਂ ਪਰ ਜਿਹੜੇ ਇਹਨਾਂ ਨੇ ਆਪਦੇ ਨੁਮਾਇੰਦਿਆਂ ਨੂੰ ਗਲੀਆਂ ਦੇ ਨਾਲੀਆਂ ਦੇ ਅੱਚ 'ਚ ਲੈਟਰੀਆਂ ਦੇ ਨਰੇਗਾ ਦੇ ਵਿੱਚ ਆਪਦੇ ਓਵਰਸੀਅਰ ਲਾ ਤੇ ਰਾਸ਼ਨ ਕਾਰਡ ਬਣਾਉਣ ਵਾਸਤੇ ਇਹਨਾਂ ਨੇ ਆਪਦੇ ਬੰਦੇ ਲਾ ਤੇ ਅਸੀਂ ਉਹ ਚੀਜ਼ਾਂ ਨੂੰ ਚੈੱਕ ਕਰਦੇ ਸੀਗੇ ਜਿਹੜਾ ਸੈਂਟਰ ਸਰਕਾਰ 'ਚੋਂ ਇੱਕ ਰੁਪਈਆ ਚੱਲਦਾ ਸੀਗਾ ਉਹ ਅਸੀਂ ਗਰੀਬ ਅਮੀਰ ਤੱਕ ਇੱਕ ਰੁਪਈਆ ਪਹੁੰਚਾਉਂਦੇ ਸੀਗੇ ਕਿਉਂਕਿ ਪੁਰਾਣੀ ਕਹਾਵਤ ਸੀਗੇ ਸੈਂਟਰ ਸਰਕਾਰ ਦਾ ਇੱਕ ਰੁਪਈਆ ਚੱਲ ਕੇ ਪੰਜਾਬ ਦੇ ਵਿੱਚ 10 ਪੈਸੇ ਰਹੇ ਤਾਂ ਮਜ਼ਦੂਰ ਕੋਲ 10 ਪੈਸੇ ਪਹੁੰਚਦੇ ਆ ਅਸੀਂ ਉਹ ਰੁਪਈਏ ਨੂੰ ਰੁਪਈਆ ਬਣਾ ਕੇ ਮਜ਼ਦੂਰ ਦੇ ਕੋਲ ਭੇਜਦੇ ਸੀਗੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਚੈੱਕ ਕਰ ਲਓ ਇਹ ਜੀਓ ਜੀ ਜੀ ਦੇ ਕੰਮ ਹਰ ਸਕੂਲ ਨੂੰ ਜਾ ਕੇ ਚੈੱਕ ਕਰਦੇ ਸੀਗੇ ਹਰ ਸਕੂਲ ਦੇ ਗੇਟ 'ਤੇ ਖੜ੍ਹ ਜਾਂਦੇ ਸੀ ਟੀਚਰ ਨੂੰ ਇਹ ਚੈੱਕ ਕਰਦੇ ਸੀ ਕਿ ਮੋਬਾਈਲ ਤਾਂ ਨਹੀਂ ਚਲਾ ਰਿਹਾ ਤੁਸੀਂ ਰਿਜ਼ਲਟ ਚੈੱਕ ਕਰ ਲਓ ਸਰਕਾਰੀ ਜਿਹੜੇ ਸਾਡੇ ਸਕੂਲ ਆ ਪੰਜਾਬ ਸਰਕਾਰ ਦੇ ਉਹਨਾਂ ਦਾ 100% ਰਿਜ਼ਲਟ ਆਇਆ ਅਤੇ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦਾ 50% ਰਿਜ਼ਲਟ ਆਇਆ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਖੁੱਲ੍ਹੀਆਂ ਹੋਈਆਂ ਉਹਨਾਂ ਨੂੰ ਅਸੀਂ ਨਰਸਾਂ ਨੂੰ ਚੈੱਕ ਕਰਦੇ ਸੀ ਅਸੀਂ ਡਾਕਟਰਾਂ ਨੂੰ ਚੈੱਕ ਕਰਦੇ ਸੀ ਕਿ ਜਿਹੜੇ ਸਾਡੇ ਮਜ਼ਦੂਰ ਭਰਾ ਗਰੀਬ ਹੈਗੇ ਉਹਨਾਂ ਨੂੰ ਦਵਾਈ ਟਾਈਮ ਨਾਲ ਮਿਲਦੀ ਹੈ ਅਸੀਂ ਉਹਨਾਂ ਨੂੰ ਚੈੱਕ ਕਰਦੇ ਸੀ ਪਲੇਟ ਕਿਉਂ ਆਏ ਗੱਲ ਕਰੀਏ ਤਾਂ ਪੰਜਾਬ ਸਰਕਾਰ ਆ ਜਿਹੜੀ ਬਦਲਾਅ ਨੂੰ ਲੈ ਕੇ ਆਈ ਸੀ ਕਹਿੰਦੇ ਅਸੀਂ ਧਰਨੇ ਨਹੀਂ ਲਾਉਣ ਦਿੱਤੇ ਜਾਣਗੇ ਸਰਕਾਰ ਆਉਣ ਤੇ ਇਹੀ ਬਦਲਾਅ ਲੱਗਦਾ ਤੁਹਾਨੂੰ ਅਸੀਂ ਤਾਂ ਖੁਦ ਸਾਡੇ ਸਾਬਕਾ ਫੌਜੀਆਂ ਨੇ ਖੁਦ ਇਹ ਚੀਜ਼ ਨੂੰ ਬਦਲਾਅ ਕਰਨ ਵਾਸਤੇ ਸਰਕਾਰ ਨੂੰ ਵੋਟਾਂ ਪਾਈਆਂ ਸੀ ਇਹ ਸਰਕਾਰ ਚੰਗੀ ਹੋਊਗੀ ਪਰ ਸਿਆਣੇ ਕਹਿੰਦੇ ਹੁੰਦੇ ਆ ਕਿ ਬਾਪ ਨੂੰ ਕਿਵੇਂ ਚੰਗਾ ਖਵਾਉਣਾ ਉਹਨੇ ਆਪਦੇ ਕਿਸੇ ਨੇ ਚਾਚੇ ਨੇ ਕਿਹਾ ਸੀ ਤੂੰ ਆਪਦੇ ਬਾਪ ਨੂੰ ਚੰਗਾ ਖਵਾਉਣਾ ਪਰ ਇਹ ਸਰਕਾਰ ਪਿਛਲੀ ਅਕਾਲੀ ਸਰਕਾਰਾਂ ਨੂੰ ਕਾਂਗਰਸ ਦੀ ਪਿੱਛੇ ਸਰਕਾਰਾਂ ਨੇ ਉਹਨੂੰ ਚੰਗਾ ਖਵਾਊਗੀ ਬਾਪ ਨੇ ਚਾਚੇ ਨੇ ਕਿਹਾ ਸੀਗਾ ਆਪਦੇ ਭਤੀਜੇ ਨੂੰ ਕਿ ਤੂੰ ਆਪਦੇ ਪਿਓ ਨੂੰ ਚੰਗਾ ਖਵਾਉਣਾ ਕਿਵੇਂ ਖਵਾਏਗਾ ਉਹ ਕਹਿੰਦਾ ਸੀਗਾ ਉਹਨੇ ਪੁੱਛ ਲਿਆ ਆਪਦੇ ਪਿਓ ਨੂੰ ਸਿੱਟਣ ਵਾਸਤੇ ਗਿਆ ਸੀ ਨਹਿਰ 'ਚ ਦਰਿਆ 'ਚ ਉਦੋਂ ਸਿੱਟਣ ਲੱਗਿਆ ਤਾਂ ਉਹ ਕਹਿੰਦਾ ਰੁਕ ਜਾ ਕਹਿੰਦਾ ਕਿਉਂ ਕਹਿੰਦਾ ਇੱਥੇ ਤਾਂ ਮੈਂ ਆਪਦੇ ਪਿਓ ਨੂੰ ਸਿੱਟ ਕੇ ਗਿਆ ਸੀਗਾ ਤੂੰ ਮੈਨੂੰ ਥੋੜ੍ਹਾ ਜਿਹਾ ਗਾਹ ਸਿੱਟ ਦੇ ਤੈਨੂੰ ਕੋਈ ਚੰਗਾ ਕਹਿ ਦੂੰਗਾ ਇਹ ਸਰਕਾਰ ਦਾ ਤੁਸੀਂ ਮੰਗਿਆ ਸੀ ਨਾ ਬਦਲਾਅ ਅਸੀਂ ਮੰਗਿਆ ਸੀਗਾ ਅਸੀਂ ਵੋਟਾਂ ਪਾਈਆਂ ਸੀਗੀਆਂ ਪਰ ਸਾਨੂੰ ਨਹੀਂ ਪਤਾ ਸੀਗਾ ਕੋਈ ਅਕਾਲੀਆਂ 'ਚੋਂ ਆਇਆ ਕੋਈ ਕਾਂਗਰਸ 'ਚੋਂ ਆਇਆ ਕੋਈ ਬੀਜੇਪੀ 'ਚੋਂ ਆਇਆ ਕੋਈ ਕਿਸੇ ਪਾਰਟੀ 'ਚੋਂ ਆਇਆ ਵੀ ਇਹ ਸਾਰਾ ਖੋਰ ਇਕੱਠਾ ਹੋ ਕੇ ਆਮ ਪਾਰਟੀ ਬਣੀ ਹੋਈ ਹੈ ਅਗਲੀ ਰਣਨੀਤੀ ਕੀ ਹੋਊਗੀ ਰਣਨੀਤੀ ਸਾਡੀ ਇਹ ਹੈ ਕਿ ਅੱਜ ਮੀਟਿੰਗ ਚੱਲੀ ਜਾਂਦੀ ਹੈ ਸਾਡੇ ਸਾਰੇ ਜ਼ਿਲ੍ਹਿਆਂ ਦੇ ਨੁਮਾਇੰਦੇ ਜਿਹੜੇ ਇੱਥੇ ਪਹੁੰਚੇ ਹੋਏ ਆ ਅਸੀਂ ਥੋੜ੍ਹੇ ਆਉਣ ਵਾਲੇ ਦਿਨਾਂ ਤੱਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਜਿਹੜੀ ਸੰਗਰੂਰ ਹੈਗੀ ਹੈ ਉਹਦੇ ਵਾਸਤੇ ਅਸੀਂ ਧਰਨਾ ਪਰਮਾਨੈਂਟ ਧਰਨਾ ਲਾਵਾਂਗੇ ਅਸੀਂ ਉਹਨਾਂ ਤੱਕ ਉੱਠਾਂਗੇ ਜਿਨ੍ਹਾਂ ਤੱਕ ਸਾਡਾ ਇਹ ਜਿਹੜੇ ਗਰੀਬ ਮਜ਼ਦੂਰਾਂ ਦੀਆਂ ਸਕੀਮਾਂ ਬਣਾਉਣ ਵਾਸਤੇ ਜੀਓ ਜੀ ਭਰਤੀ ਕੀਤੇ ਸੀਗੇ ਉਹਨਾਂ ਨੂੰ ਬਹਾਲ ਨਹੀਂ ਕਰਦੇ ਕੱਲ੍ਹ ਵੀ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਜਿਹੜਾ ਧਰਨਾ ਦਿੱਤਾ ਗਿਆ ਸੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਉਹਨਾਂ ਦੇ ਉੱਤੇ ਵੀ ਲਾਠੀਚਾਰਜ ਹੋਇਆ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਉਹ ਆਪਦੀਆਂ ਮੰਗਾਂ ਲੈ ਕੇ ਗਏ ਸੀ ਉਹਨਾਂ ਨੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹ ਵੀ ਬਦਲਾਅ ਚਾਹੁੰਦੇ ਸੀ ਪਰ ਉਹਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਦੇ ਲਾਠੀਆਂ ਡਾਂਗਾ ਮਾਰੀਆਂ ਸਖਤ ਸ਼ਬਦਾਂ ਵਿੱਚ ਸੋ ਧੰਨਵਾਦ ਦਰਸ਼ਕੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੋਗੇ ਤੋਂ ਜਿੱਥੇ ਕਿ ਸਾਬਕਾ ਫੌਜੀਆਂ ਨੇ ਆਪਣੀ ਮੀਟਿੰਗ ਪਾਸ ਕੀਤੀ ਹੈ ਅਗਲਾ ਇਹਨਾਂ ਨੇ ਸਟੈਂਡ ਜੋ ਲੈਣਾ ਕਹਿੰਦੇ ਵੀ ਅਸੀਂ ਸੰਘਰਸ਼ ਕਰਾਂਗੇ ਸੋ ਦਰਸ਼ਕੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਬਕਾ ਫੌਜੀਆਂ ਦੀ ਗੱਲ ਜਿਹੜੀ ਹੈ ਪੂਰੀ ਸਰਕਾਰ ਤੱਕ ਪੂਰੀ ਵਿਸ਼ਵ ਤੱਕ ਫੈਲ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਸਤਿ ਸ੍ਰੀ ਅਕਾਲ